ਪੰਜਾਬੀ ਰੇਡੀਓ ਯੂਐਸਏ ਸੌਂ ਰਹੇ ਸਾਰੇ ਹਿਮਾਂ ਜੋਗਾ ਤੇ ਸਤਕਾਰ ਸਤ ਸਰੋਤੇ ਨੂੰ ਪਿਆਰ ਸਤਕਾਰ ਸਹਿਤ ਨਿੱਗੀ ਜਹੀ ਸਤ ਸ੍ਰੀ ਅਕਾਲ ਸਭ ਨੂੰ ਜੀ ਅਨਵਾਖਤੇ ਆ ਸੋਦ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੈਂ ਰਾਜਕਨਵੀਰ ਸਿੰਘ ਫਰਜ਼ਨੋ ਸਟੂਡੀਓਸ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਜੀ ਅਨ ਸਵਾਗਤ ਹੈ ਸਤ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਜਿਹੜੇ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਰਹੀਂ ਟੈਲੀਫੋਨ ਦੇ ਰਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਆਂ ਅੱਜ 8 ਅਗਸਤ ਦੀ 11 ਤਰੀਕਾ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਖੋਲ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 40827225004082722500 ਅਮਰਜੀਤ ਸਿੰਘ ਫਰੇਜ਼ਨੋ ਗੁਰਵਚਨ ਸਿੰਘ ਨਾਗਰਾ ਸੈਕਰਮੈਂਟੋ ਅਵਤਾਰ ਸਿੰਘ ਮੰਜਲ ਕਲੋਵਿਸ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ-ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਰੀਫਾਈਨਾਂਸਿੰਗ ਲਈ ਕਾਲ ਮੋਹਨ ਚਿਮਾ 5599052575 ਟੇਕ ਕੇ ਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕ ਕੇ ਨਾ ਕਾਲ 4159090503 ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ ਆਈ 5 ਦੇ ਐਗਜ਼ਿਟ 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਵਾਲੀ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸ ਸਟਰੀਟ ਵੁੱਡਲੈਂਡ 9163969085 ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ 'ਚ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੇ ਸਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਸ਼ਾਪ ਲਈ ਮਕੈਨਿਕ ਦੀ ਜ਼ਰੂਰਤ ਹੈ ਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। 2360 ਵੈਸਟ ਡੈਨ ਰੌਨਕੀਲੋ ਡਰਾਈਵ ਫਰੇਜ਼ਨੋ 508200 37375592663737 ਤੇ ਅਮਰੀਕਾ ਦੇ ਵਿੱਚ ਡੀਜ਼ਲ ਦੇ ਉੱਤੇ ਵਧੀਆ ਡਿਸਕਾਊਂਟ ਲੈਣ ਦੇ ਲਈ ਫਿਊਲ ਕਾਰਡ ਦੇ ਲਈ ਅੱਜ ਹੀ ਸੰਪਰਕ ਕਰੋ ਟਰਕਿੰਗ ਮਲਟੀ ਸਰਵਿਸਿਜ਼ 408 272 26 ਸਾਉਦੀਅਤ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ ਜੀ ਅੱਜ ਦੀਆਂ ਖਬਰਾਂ ਵਾਂ ਲੈ ਕੇ ਤੇ ਬੀਵੀਸੀ ਨਿਊਜ਼ ਰਿਪੋਰਟ ਕਰ ਰਹੀ ਆ ਭਈ ਜਿਹੜੀਆਂ ਨਵੀਂ ਰਿਪੋਰਟਸ ਆਈਆਂ ਹੈਗੀਆਂ ਯੂਐਸ ਇੰਟੈਲੀਜੈਂਸ ਦੇ ਥਰੋ ਕਹਿੰਦੇ ਆ ਭਈ ਜਿਹੜੇ ਅਫਗਾਨਿਸਤਾਨ ਦੀ ਕੈਪੀਟਲ ਕਾਬਲ ਹੈਗੀ ਆ ਉਸ ਨੂੰ 90 ਦਿਨਾਂ ਦੇ ਵਿੱਚ ਵਿੱਚ ਜਿਹੜੇ ਤਾਲੀਬਾਨ ਫਾਈਟਰਸ ਆ ਉਹ ਆਪਣੇ ਕੰਟਰੋਲ 'ਚ ਲੈ ਲੈਣਗੇ ਜਿਸ ਤੇਜ਼ੀ ਦੇ ਨਾਲ ਉਹ ਬਾਕੀ ਦੇ ਜਿਹੜੇ ਜ਼ਿਲ੍ਹੇ ਹੈਗੇ ਆ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਉੱਤੇ ਕਬਜ਼ਾ ਕਰ ਰਹੇ ਹੈਗੇ ਆ ਤੇ ਕਹਿੰਦੇ ਭਈ ਇਹ 90 ਦਿਨਾਂ ਤੋਂ ਪਹਿਲਾਂ ਵੀ ਜਿਹੜਾ ਆ ਉਹ ਉਹਦੇ ਤੇ ਪੂਰਾ ਕੰਟਰੋਲ ਕਰ ਸਕਦੇ ਹੈਗੇ ਆ ਪਿਛਲੇ ਦਿਨਾਂ ਦੇ ਦੌਰਾਨ 1000 ਤੋਂ ਵੱਧ ਜਿਹੜੇ ਸਿਵਿਲিয়ান ਆ ਉਹਨਾਂ ਦੀ ਮੌਤ ਹੋ ਚੁੱਕੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਭੱਜ ਕੇ ਚਲੇ ਗਏ ਹੈਗੇ ਆ ਅ ਯੂ ਐਸ ਨੇ 2001 ਦੇ ਵਿੱਚ ਜਦੋਂ 911 ਅਟੈਕ ਹੋਇਆ ਸੀ ਉਹ ਤੋਂ ਬਾਅਦ ਉੱਥੇ ਜਿਹੜਾ ਅਟੈਕ ਕੀਤਾ ਸੀ ਅਫਗਾਨਿਸਤਾਨ ਦੇ ਵਿੱਚ ਤੇ ਇਸ ਕਨਫਲਿਕਟ ਦੇ ਵਿੱਚ ਜਿਹੜੇ ਆ ਕਹਿੰਦੇ 120000 ਦੇ ਕਰੀਬ ਅਫਗਾਨ ਦੀ ਮਿਲਟਰੀ ਤੇ ਜਿਹੜੇ ਲੋਕ ਤੇ ਹੋਰ ਸਿਵਿਲियन ਜਿਹੜੇ ਆ ਉਹ ਮਾਰੇ ਗਏ ਹੈਗੇ ਆ 2000 ਤੋਂ ਵੱਧ ਜਿਹੜੇ ਯੂਐਸ ਦੇ ਟ੍ਰੂਪ ਉਹਨਾਂ ਦੀ ਮੌਤ ਹੋਈ ਹੈਗੀ ਆ ਇਸ ਲੜਾਈ ਦੇ ਦੌਰਾਨ ਤੇ ਹੰਡਰਡਸ ਆਫ ਬ੍ਰਿਟਿਸ਼ ਜਿਹੜੇ ਪਰਸਨਲ ਸੀਗੇ ਉਹਨਾਂ ਨੇ ਵੀ ਜਿਹੜੀ ਆਪਣੀ ਜਾਨ ਉਹ ਦਿੱਤੀ ਹੈਗੀ ਆ ਜੀ ਬਿਲਕੁਲ ਅੱਜ ਜਿਹੜੇ ਰਾਸ਼ਪਤੀ ਬਾਈਡਨ ਨੂੰ ਜਦੋਂ ਇਸਤੇ ਬਾਰੇ ਪੁੱਛਿਆ ਗਿਆ ਸੀਗਾ ਕਹਿੰਦੇ ਵੀ ਮੈਂ ਆਪਣੇ ਜਿਹੜੇ ਫੈਸਲੇ ਦੇ ਉੱਤੇ ਕਿਸੇ ਵੀ ਤਰੀਕੇ ਦਾ ਮੈਨੂੰ ਅਫਸੋਸ ਨਹੀਂ ਹੈਗਾ ਨਾਟ ਮਾਈ ਪ੍ਰੋਬਲਮ ਬੇਸਿਕਲੀ ਅਫਗਾਨਿਸਤਾਨ ਤੋਂ ਇੱਕ ਸਾ ਨਾ ਪਿੱਠ ਕਰਕੇ ਜਿਹੜਾ ਉਹ ਪਹੁੰਚ ਚੁੱਕੇ ਆ ਅਫਗਾਨੀ ਲੋਕ ਜ਼ਰੂਰ ਜਿਨ੍ਹਾਂ ਨੇ ਮਦਦ ਕੀਤੀ ਹੋਊਗੀ ਉੱਥੇ ਅਮਰੀਕੀਆਂ ਦੀ ਉਹ ਮੇ ਵੀ ਆਪਣੇ ਆਪ ਨੂੰ ਜਿਹੜੇ ਠੱਗੇ ਹੋਏ ਮਹਿਸੂਸ ਵੀ ਜਿਹੜੇ ਉਹ ਕਰ ਰਹੇ ਹੋਣਗੇ ਵੀ ਇੰਨੇ ਬਰੇ ਜਿਹੜੇ ਉਹ ਰਹੇ ਆ ਪਰ ਜੇ ਅਮਰੀਕਾ ਦੇ ਹਿਸਾਬ ਦੇ ਨਾਲ ਸੋਚੀਏ ਤਾਂ ਲੋਕ ਜਿਹੜਾ ਇਸ ਫੈਸਲੇ ਦੇ ਉੱਤੇ ਹੁਣ ਭਾਵੇਂ ਮੂਡ ਜਿਹੜਾ ਉਹਨਾਂ ਦਾ ਭਾਵੇਂ ਬਦਲ ਰਿਹਾ ਹੋਵੇ ਪਰ ਲੰਬੇ ਚਿਰ ਤੋਂ ਇਹ ਮੰਗ ਸੀਗੀ ਅਮਰੀਕੀ ਨਾਗਰਿਕਾਂ ਦੀ ਵੀ ਜਿਹੜੇ ਅਮਰੀਕੀ ਫੌਜੀ ਆ ਉਹਨਾਂ ਨੂੰ ਹੁਣ ਉੱਥੋਂ ਵਾਪਸ ਬੁਲਾ ਲਿਆ ਲੈਣਾ ਬੁਲਾ ਲਿਆ ਜਾਣਾ ਚਾਹੀਦਾ ਹੈਗਾ ਸੋ ਤਾਲਿਬਾਨੀ ਕਾਫੀ ਜਿਹੜੇ ਆ ਉਹ ਮਜ਼ਬੂਤ ਹੋ ਚੁੱਕੇ ਸੀ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਿਆ ਹੀ ਆ ਤੇ ਹੁਣ ਜਿਹੜੀ ਆ ਇੱਕ ਹਿਸਾਬ ਦੇ ਨਾਲ ਉਹ ਹੁਣ ਪੂਰੀ ਤਰ੍ਹਾਂ ਕਾਬਜ਼ ਹੋਣ ਦੇ ਬਿਲਕੁਲ ਕਗਾਰ ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਆ ਅੱਜ ਤਾਂ ਇਹ ਰਿਪੋਰਟ ਆਈ ਸੀ ਚਾਰ ਜਿਹੜੇ ਭਾਰਤ ਨੇ ਅ ਅਫਗਾਨੀ ਜਿਹੜੇ ਆ ਫੌਜੀਆ ਨੂੰ ਮਦਦ ਕਰਨ ਦੇ ਲਈ ਐਮਆਈ ਸ਼ਾਇਦ 35 ਹੈਲੀਕਾਪਟਰ ਜਿਹੜੇ ਸੀਗੇ ਉਹਨਾਂ ਨੂੰ ਵੀ ਤਾਲੀਬਾਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਉਹ ਲੈ ਲਿਆ ਹੈਗਾ ਆ ਇੱਕ ਦੀ ਕਹਿੰਦੇ ਲੋਕੇਸ਼ਨ ਪਤਾ ਹੈ ਤਿੰਨਾਂ ਦਾ ਜੇ ਨਹੀਂ ਪਤਾ ਵੀ ਉਹਨਾਂ ਨੇ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਦੇ ਉੱਤੇ ਜਿਹੜੇ ਉਹ ਰੱਖੇ ਆ ਸੋ ਜਦੋਂ ਚੇਤਾ ਹੁਣ ਹਰਜੋਤ ਸਿੰਘ ਜਦੋਂ ਫੌਜੀ ਅਮਰੀਕੀ ਜਦੋਂ ਉੱਥੋਂ ਆਏ ਸੀਗੇ ਜਿਹੜਾ ਬਗਰਾਮ ਦਾ ਹਵਾਈ ਅੱਡਾ ਸੀਗਾ ਉਸ ਦੇ ਉੱਤੇ ਵੀ ਜਿਹੜੇ ਲੋਕ ਆ ਉਹਨਾਂ ਨੇ ਦਾਵਾ ਜਿਹੜਾ ਉਹ ਬੋਲ ਦਿੱਤਾ ਸੀ ਕਈ ਕੁਸ਼ ਜਿਹੜਾ ਆ ਉੱਥੇ ਵੀ ਉਹਨਾਂ ਨੇ ਚੋਰੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਉਦੋਂ ਕੀਤੀ ਸੀਗੀ ਸੋ ਇਸ ਟਾਈਮ ਹਾਲਾਤ ਕਿਦਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਵਾਲੇ ਆ ਇਹ ਇੱਕ ਕਾਫੀ ਗੰਭੀਰ ਮੁੱਦਾ ਗੰਭੀਰ ਸਵਾਲ ਜਿਹੜਾ ਆ ਉਹ ਬਣ ਚੁੱਕਾ ਹੋਇਆ ਆ ਇੱਧਰ ਵਾਪਸ ਆਪਾਂ ਪਰਤੀਏ ਇੱਥੇ ਅਮਰੀਕਾ ਦੇ ਵਿੱਚ ਤਾਂ ਅਮਰੀਕਾ ਦੇ ਵਿੱਚ ਆਪਾਂ ਆਪਣੇ ਸੂਬੇ ਕੈਲੀਫੋਰਨੀਆ ਦੇ ਉੱਤੇ ਨਜ਼ਰ ਮਾਰੀਏ ਤਾਂ ਇੱਥੇ ਦੇ ਜਿਹੜੇ ਗਵਰਨਰ ਗੈਵਨ ਨਿਊਸਮ ਜਿਨ੍ਹਾਂ ਦੀ ਰੀਕਾਲ ਇਲੈਕਸ਼ਨ 14 ਸਪਟੰਬਰ ਨੂੰ ਸੱਦੀ ਗਈ ਹੈਗੀ ਆ ਹੁਣ ਪਹਿਲਾ ਸੂਬਾ ਬਣ ਗਿਆ ਆ ਜਿਨ੍ਹਾਂ ਨੇ ਜਿਹੜੀਆਂ ਵੈਕਸੀਨ ਮੰਡੇਟਸ ਆ ਇਸ ਹਿਸਾਬ ਦੇ ਨਾਲ ਲਾ ਦਿੱਤੀਆਂ ਆ ਸਾਰੇ ਹੀ ਜਿਹੜੇ ਸਕੂਲ ਤੇ ਟੀਚਰ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ ਇਹ ਹੁਣ ਹਦਾਇਤ ਆ ਵੀ ਆਈਦਰ ਵੈਕਸੀਨ ਜਿਹੜੀਆਂ ਲਵਾਓ ਜੇ ਤੁਸੀਂ ਨਹੀਂ ਵੈਕਸੀਨ ਲਗਵਾਉਣੀ ਆ ਤਾਂ ਹਰ ਹਫਤੇ ਟੈਸਟ ਜਿਹੜਾ ਆ ਉਹ ਤੁਹਾਨੂੰ ਕਰਵਾਉਣਾ ਪਵੇਗਾ ਡੈਲਟਾ ਵੇਰੀਐਂਟ ਜਿਹੜਾ ਲਗਾਤਾਰ ਤੇਜ਼ੀ ਦੇ ਨਾਲ ਫੈਲਦਾ ਜਾ ਰਿਹਾ ਹੈਗਾ ਆ ਉਸ ਨੂੰ ਲੈ ਕੇ ਜਿਹੜਾ ਆ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਹੈਗਾ ਆ ਅੱਜ ਕਹਿੰਦੇ ਆ ਵੀ ਇੱਕ ਇੰਟਰਵਿਊ ਦੇ ਦੌਰਾਨ ਤੱਤੇ ਵੀ ਜਿਹੜੇ ਆ ਉਹ ਹੋ ਗਏ ਕਹਿੰਦੇ ਬਾਹਰਲੇ ਸੂਬੇ ਵਾਲੇ ਐਵੇਂ ਵੀ ਵਰਡ ਵਰਤਦੇ ਹੋਏ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਸੂਬੇ ਬਾਰੇ ਜਿਹੜਾ ਉਹ ਬੋਲਦੇ ਰਹਿੰਦੇ ਨੇ ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਆ ਵੀ ਜੋ ਵੀ ਕਹਿੰਦੇ ਵੀ ਮੇਰੀ ਸ਼ਕਤੀ ਦੇ ਵਿੱਚ ਹੋਇਆ ਜਿਸ ਦੇ ਨਾਲ ਬੱਚਿਆਂ ਨੂੰ ਤੇ ਉਹਨਾਂ ਨੂੰ ਸੁਰੱਖਿਅਤ ਤੇ ਉਹਨਾਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਆ ਉਹ ਮੈਂ ਸਾਰੇ ਫੈਸਲੇ ਜਿਹੜੇ ਆ ਉਹ ਲਾਊਗਾ ਹੁਣ ਰੀਕਾਲ ਜਿਹੜਾ ਆ ਦੇਖਦੇ ਆ ਵੀ ਉਸ ਦੇ ਉੱਤੇ ਇਹ ਜਿਹੇ ਫੈਸਲਿਆਂ ਦਾ ਕਿੱਦਾਂ ਦਾ ਅਸਰ ਰਹੂਗਾ ਕੈਲੀਫੋਰਨੀਆ ਪੂਰੇ ਅਮਰੀਕਾ ਦੇ ਵਿੱਚ ਸਭ ਤੋਂ ਜਿਹੜੀ ਪੋਪੂਲਸ ਸਭ ਤੋਂ ਜ਼ਿਆਦਾ ਵੱਧ ਜਨਸੰਖਿਆ ਵਾਲੀ ਜਿਹੜਾ ਉਹ ਸੂਬਾ ਹੈਗਾ 40 ਮਿਲੀਅਨ ਦੇ ਕਰੀਬ ਜੀ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਜਿਹੜੀ ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਪੇਸ਼IENTS ਹੈਗੇ ਆ ਉਹਨਾਂ ਦੀ ਗਿਣਤੀ ਆਲਮੋਸਟ ਡਬਲ ਹੋ ਗਈ ਆ ਹਸਪਤਾਲਾਂ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜਿਹੜੀ ਇਹ ਗਿਣਤੀ ਆ ਬੜੀ ਸਲੋ ਚੱਲ ਰਹੀ ਆ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਪਿਛਲੇ 2 ਹਫ਼ਤਿਆਂ ਦੇ ਦੌਰਾਨ ਜੇ ਗੱਲ ਕਰਦੇ ਜਾਈਏ ਕਹਿੰਦੇ ਵੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ 79 ਤੋਂ 133 ਹੋ ਗਿਆ ਆ ਉਹ ਤੇ ਇਸੇ ਜੁਲਾਈ 24 ਤੋਂ ਲੈ ਕੇ ਅਗਸਤ 7 ਤੱਕ 68% ਇਨਕਰੀਜ਼ ਹੋਇਆ ਸਟੇਟ ਵਾਈਡ ਜਿਹੜਾ ਆ ਥੋੜਾ ਜਿਆਦਾ ਇਨਕਰੀਜ਼ ਹੋਇਆ ਹੈਗਾ ਆ ਕਈ ਜਿਹੜੀਆਂ ਕਾਉਂਟੀਸ ਹੈਗੀਆਂ ਬੇਰੀਏ ਦੀਆਂ ਜਿੱਦਾਂ ਸਨੋਮਾ ਕਾਉਂਟੀ ਆ ਉੱਥੇ 44% ਇਨਕਰੀਜ਼ ਹੋਇਆ ਸੈਨ ਮੈਥਿਓ ਕਾਉਂਟੀ ਦੇ ਵਿੱਚ 135% ਇਨਕਰੀਜ਼ ਹੋਇਆ ਹਸਪੀਟਲਾਈਜੇਸ਼ਨ ਰੇਟ ਸੈਰਫਰਸਿਸਕੋ ਦੇ ਵਿੱਚ 121% ਜਿਹੜਾ ਇਨਕਰੀਜ਼ ਹੋਇਆ ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਕਰੋਨਾ ਨੂੰ ਲੈ ਕੇ ਉਹ ਕਾਫੀ ਬੈਡ ਚੱਲ ਰਹੀ ਹੈਗੀ ਜੀ ਉਧਰ ਜਿਹੜਾ ਰਾਈਟ ਨਾਓ ਹੱਬ ਬਣਿਆ ਪਿਆ ਆ ਜਿਹੜਾ ਕਹਿ ਲੋ ਵੀ ਹੌਟਪੱਟ ਬਣਿਆ ਪਿਆ ਆ ਕੋਵਿਡ ਦਾ ਫਲੋਰੀਡਾ ਉਥੇ ਜਿਹੜੇ ਆ ਗੁਥਮ ਗੁੱਥਾ ਸਿੰਘ ਜਿਹੜੇ ਉਹ ਫਸੇ ਪਏ ਆ ਗਵਰਨਰ ਦੇ ਤੇ ਬਹੁਤ ਸਾਰੇ ਜਿਹੜੇ ਸਕੂਲ ਐਡਮਿਨਿਸਟਰੇਟਰਸ ਆ ਉਹਨਾਂ ਦੇ ਸਕੂਲ ਐਡਮਿਨਿਸਟਰੇਟਰ ਹੁਣ ਜਿਹੜੇ ਆਪਣੀ ਤਨਖਾਹ ਦਾਤੇ ਲਾ ਕੇ ਜਿਹੜੇ ਮਾਸਕ ਮੰਡੇਟਸ ਆ ਆਪੋ ਆਪਣੇ ਜਿਹੜੇ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ ਉਧਰ ਫਰੀਦਾ ਦੇ ਹਸਪਤਾਲ ਜਿਹੜੇ ਆ ਉਹ ਬੁਰੀ ਤਰ੍ਹਾਂ ਕਹਿੰਦੇ ਆ ਵੀ ਭੀੜ ਦੇ ਨਾਲ ਜਿਹੜੇ ਕੋਵਿਡ ਪੇਸ਼ੈਂਟਸ ਆ ਉਹਨਾਂ ਦੇ ਨਾਲ ਉਹ ਭਰ ਰਹੇ ਆ ਵੈਂਟੀਲੇਟਰਸ ਦੀ ਮੰਗ ਜਿਹੜੀ ਆ ਉਥੇ ਵਧ ਰਹੀ ਹੈਗੀ ਆ ਆਈਸੀਯੂਜ਼ ਜਿਹੜੇ ਆ ਲਗਾਤਾਰ ਭਰਦੇ ਜਿਹੜੇ ਉਹ ਜਾ ਰਹੇ ਹੈਗੇ ਆ ਪਰ ਉਥੋਂ ਦੇ ਗਵਰਨਰ ਤਸ ਤੋਂ ਮਸ ਨਹੀਂ ਹੋ ਰਹੇ ਵੀ ਅਸੀਂ ਮਾਸਕ ਦੇ ਉੱਤੇ ਮੰਡੇਟ ਜਿਹੜਾ ਆ ਉਹ ਲਗਾਉਣਾ ਆ ਸੋ ਹੁਣ ਦੇਖਣਾ ਹੋਊਗਾ ਵੀ ਕੀ ਲੋਕਾਂ ਦੀ ਜਾਨ ਜਾਂ ਆਪਣੀ ਜਿਹੜੀ ਇਹ ਈਗੋ ਆ ਉਸ ਦੇ ਵਿੱਚੋਂ ਇਹ ਕਿਨੂੰ ਜਿਹੜਾ ਉਹ ਚੁਣਦੇ ਆ ਨਾਲ ਹੀ ਟੈਕਸਸ ਦੇ ਵਿੱਚ ਵੀ ਇਦਾਂ ਦੇ ਹਾਲਾਤ ਜਿਹੜੇ ਬਣ ਰਿਹਾ ਪਰ ਉਥੇ ਕੁਝ ਕੁ ਥਾਵਾਂ ਦੇ ਉੱਤੇ ਜਿਹੜੇ ਅਦਾਲਤਾਂ ਨੇ ਜਿਹੜੇ ਲੋਕਲ ਐਡਮਿਨਿਸਟਰੇਟਰਸ ਆ ਜਾਂ ਸਕੂਲ ਦੇ ਆ ਉਹਨਾਂ ਨੂੰ ਇਹ ਜਿਹੜਾ ਉਹ ਆਖ ਦਿੱਤਾ ਵੀ ਤੁਸੀਂ ਮਾਸਕ ਮੰਡੇਟ ਆ ਉਹ ਲਗਾ ਸਕਦੇ ਹੈਗੇ ਆ ਸੋ ਆਈ ਥਿੰਕ ਜਿਹੜਾ ਹਿਊਸਟਨ ਦੇ ਵਿੱਚ ਆਈ ਥਿੰਕ ਉੱਥੇ ਇੱਕ ਅਦਾਲਤ ਨੇ ਅੱਜ ਫੈਸਲਾ ਜਿਹੜਾ ਦਿੱਤਾ ਹੈ ਆ ਵੀ ਉਹਨਾਂ ਨੂੰ ਜਿਹੜਾ ਮਾਸਕ ਮੰਡੇਟ ਜਿਹੜਾ ਆ ਉਹ ਕੀਤਾ ਜਾ ਸਕਦਾ ਹੈਗਾ ਸੋ ਇਹ ਹੁਣ ਕਾਫੀ ਜਿਹੜਾ ਵਿਵਾਦ ਆ ਹਰਜੋਤ ਸਿੰਘ ਜੀ ਲਗਾਤਾਰ ਆ ਉਹ ਹੁਣ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਵੀ ਟੈਕਸਸ ਤੇ ਨਾਲ ਦੇ ਨਾਲ ਜਿਹੜਾ ਆ ক্লোਰੀਡਾ ਦੇ ਵਿੱਚ ਜੀ ਫਲੋਰਿਡਾ ਦੇ ਵਿੱਚ 90 90% ਜਿਹੜੇ ਸਟੇਟ ਦੇ ਆਈਸੀਯੂ ਬੈੱਡ ਹੈਗੇ ਆ ਉਹ ਉਹ ਯੂਜ਼ ਦੇ ਵਿੱਚ ਆ ਉਹਨਾਂ ਨੂੰ ਵਰਤ ਵਰਤ ਰਹੇ ਆ ਲੋਕ ਤੇ ਉਹਦੇ ਵਿੱਚੋਂ 50% ਕੋਵਿਡ ਪੇਸ਼ੈਂਟਸ ਦੇ ਨਾਲ ਹੈਗੇ ਆ ਫਲੋਰੀਡਾ ਦੇ ਵਿੱਚ 88 ਦੇ ਕਰੀਬ ਹਰ ਰੋਜ਼ ਕੋਵਿਡ ਦੇ ਨਾਲ ਮੌਤਾਂ ਹੋ ਰਹੀਆਂ ਜਿਹੜਾ ਕਿ ਇਹ ਕਾਫੀ ਇਨਕਰੀਜ਼ ਹੈਗਾ ਆ ਫੈਡਰਲ ਗਵਰਨਮੈਂਟ ਨੇ 200 ਦੇ ਕਰੀਬ ਵੈਂਟੀਲੇਟਰ ਤੇ 100 ਦੇ ਕਰੀਬ ਬਰੀਥਿੰਗ ਡਿਵਾਈਸ ਜਿਹੜੀਆਂ ਆ ਉਹ ਫਲੋਰੀਡਾ ਨੂੰ ਭੇਜੀਆਂ ਹੈਗੀਆਂ ਜੀ ਇਸ ਦੇ ਵਿੱਚ ਮੈਂ ਕਰੈਕਸ਼ਨ ਕਰਦਾ ਜਾਵਾਂ ਹਿਊਸਟਨ ਨਹੀਂ ਡੈਲਸ ਕਾਉਂਟੀ ਦੇ ਵਿੱਚ ਜਿਹੜਾ ਆ ਉਹਨਾਂ ਨੇ ਮਾਸਕ ਮੰਡੇਟਸ ਜਿਹੜਾ ਆ ਉਸ ਨੂੰ ਅਪਰੂਵ ਕੀਤਾ ਆ ਤੇ ਹੁਣ ਜਿਹੜਾ ਗਵਰਨਰ ਐਬਰਟ ਆ ਤੇ ਜਿਹੜਾ ਉਥੇ ਦਾ ਅਟਾਰਨੀ ਜਨਰਲ ਕੈਨ ਪਾਕਿਸਤਾਨ ਆ ਉਹ ਇੱਕ ਅਪੀਲ ਕੋਰਟ ਦੇ ਵਿੱਚ ਗਏ ਆ ਵੀ ਇਹ ਜਿਹੜਾ ਮਾਸਕ ਜਿਹੜਾ ਆ ਉਹ ਮੰਡੇਟ ਆ ਉਸ ਨੂੰ ਹਟਾ ਦਿੱਤਾ ਜਾਵੇ ਬੰਦੇ ਮਰਵਾਉਣ ਨੂੰ ਇਹ ਕਹਿੰਦੇ ਆ ਵੀ ਚੱਕਰ ਹੀ ਕੋਈ ਨਹੀਂ ਆ ਅਸੀਂ ਜਿਹੜੀ ਆਪਣੀ ਈਗੋ ਆ ਉਹ ਨਹੀਂ ਹਰਟ ਹੁੰਦੇ ਨਹੀਂ ਅਸੀਂ ਜਿਹੜੇ ਸਟੈਂਡ ਤੇ ਅੜੇ ਆ ਅੜੇ ਰਹਿਣ ਲੋਕੀ ਭਾਵੇਂ ਟੱਠੇ ਖੁੱਤ ਜਾਣ ਜੀ ਅਗਲੀ ਖਬਰ ਆ ਰਹੀ ਹੈ ਕਿ ਆ ਦੋ ਬਾਸਕਟਬਾਲ ਦੇ ਜਿਹੜੇ ਕੋਚ ਆ ਉਹਨਾਂ ਨੂੰ ਜਾਰਜੀਆ ਸਟੇਟ ਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਹੈ ਮਰਡਰ ਦੇ ਮਾਮਲੇ ਦੇ ਵਿੱਚ ਦੋਨੋਂ ਜਿਹੜੇ ਕੋਚ ਆ ਇੱਕ 16 ਸਾਲਾਂ ਦੀ ਜਿਹੜੀ ਬੱਚੀ ਸੀਗੀ ਉਹਦੇ ਉਹਦੀ ਪ੍ਰੈਕਟਿਸ ਕਰਾ ਰਹੇ ਸੀ ਬਾਹਰ ਖੁੱਲੇ ਏਰੀਏ ਦੇ ਵਿੱਚ ਜਿੱਥੇ ਗਰਮੀ ਬਹੁਤ ਸੀ ਸੋ ਉਸ ਗਰਮੀ ਦੇ ਨਾਲ ਜਿਹੜੀ ਆ ਉਸ ਦੀ ਮੌਤ ਹੋ ਗਈ ਤੇ ਹੁਣ ਜਿਹੜੇ ਦੋਨੋਂ ਹੀ ਕੋਚ ਆ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਆ ਮਰਡਰ ਦੇ ਕੇਸ ਦੇ ਵਿੱਚ ਜੀ ਜੀ ਅਗਲੀ ਗੱਲ ਕਰਦੇ ਜਾਈ ਕੈਲੀਫੋਰਨੀਆ ਦੇ ਵਿੱਚ ਜਿਹੜੀ ਡਿਕਸੀ ਫਾਇਰ ਆ ਉਹ ਕਹਿੰਦੇ ਵੀ ਉਸ ਦੀ ਸਪੀਡ ਹੁਣ ਥੋੜੀ ਜੀ ਜਿਹੜੀ ਉਹ ਕਟੀ ਹੈਗੀ ਆ ਅੱਗ ਲੱਗਣ ਦੀ ਜਿਹੜੀ ਸਪੀਡ ਆ ਪਰ ਕਹਿੰਦੇ ਵੀ ਓਵਰਆਲ ਇਸ ਨੇ 5 ਲੱਖ ਏਕੜ ਹਾਫ ਮਿਲੀਅਨ ਏਕੜ ਜਿਹੜੇ ਆ ਉਹ ਸਾੜ ਦਿੱਤੇ ਨੇ ਸੋ ਮੂਰੀ ਤਰ੍ਹਾਂ ਇਹ ਲਗਾਤਾਰ ਜਿਹੜੀ ਆ ਇਸ ਨੇ ਤਬਾਹੀ ਜਿਹੜੀ ਉਹ ਮਚਾਈ ਹੈ ਪਲੂਮਸ ਕਾਉਂਟੀ ਤੋਂ ਜਿਹੜੀ ਇਹ ਸ਼ੁਰੂ ਹੋਈ ਅੱਗ ਹੁਣ ਤੱਕ 5 ਲੱਖ 1008 ਏਕੜ ਤੱਕ ਜਿਹੜੀ ਉਹ ਫੈਲ ਚੁੱਕੀ ਹੋਈ ਆ 30% ਜਿਹੜਾ ਆ ਇਸ ਨੂੰ ਕੰਟੇਨ ਕੀਤਾ ਆ ਗਿਆ ਸੀਗਾ ਅੱਜ ਜਿਹੜੇ ਸਵੇਰ ਦੇ ਜਿਹੜੇ ਇਹ ਆਂਕੜੇ ਆ ਹੁਣ ਕੱਲ ਨੂੰ ਸਵੇਰ ਨੂੰ ਦੁਬਾਰਾ ਕੈਲਫਾਇਰ ਦੱਸੂਗੀ ਵੀ ਇਸ ਦੇ ਵਿੱਚ ਕਿੱਥੇ ਤੱਕ ਕੋਈ ਕਾਮਯਾਬੀ ਜਿਹੜੀ ਉਹ ਹਾਸਲ ਹੋਈ ਆ ਜਾਂ ਨਹੀਂ ਸੋ ਕਹਿੰਦੇ ਵੀ ਥੋੜੀ ਜੀ ਸਪੀਡ ਘਟੀ ਹੈਗੀ ਆ ਰਾਤ ਨੂੰ ਇਹਨੇ 10000 ਏਕੜ ਹੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਫੈਲਿਆ ਆ ਸਟਾਰਟ ਇਸ ਹਫਤੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਦਾਂ 1 ਲੱਖ ਏਕੜ ਜਿਹੜੇ ਆ ਕਹਿੰਦੇ ਵੀ ਸਟਾਰਟ ਆਫ ਦਾ ਵੀਕ ਇਹ ਇੱਕ ਦਿਨ ਦੇ ਵਿੱਚ 24 ਘੰਟਿਆਂ ਚ 1 ਲੱਖ ਏਕੜ ਜਿਹੜੀ ਆ ਉਹ ਵੀ ਇੱਕ ਟਾਈਮ ਦੇ ਉੱਤੇ ਵੱਧ ਗਈ ਸੀਗੀ ਸੋ ਬਹੁਤ ਭਾਰੀ ਨੁਕਸਾਨ ਜਿਹੜਾ ਆ ਉਹ ਕਰ ਰਹੀ ਆ ਕਈ ਸ਼ਹਿਰ ਜਿਹੜੇ ਆ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਆ ਤੇ ਇੱਕ ਸ਼ਹਿਰ ਤਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਤੇ ਹਜ਼ਾਰਾਂ ਹੀ ਜਿਹੜੇ ਸਟਰਕਚਰਜ਼ ਆ ਘਰਾਂ ਬਿਲਡਿੰਗਸ ਆ ਉਸ ਤੇ ਕਰਕੇ ਨੁਕਸਾਨੀਆਂ ਗਈਆਂ ਤੇ ਕਈ ਅਜੇ ਵੀ ਖਤਰੇ ਦੇ ਵਿੱਚ ਹੈਗੀਆਂ ਨੇ ਜੀ ਸੋ ਸਭ ਤੋਂ ਮਾੜੀ ਗੱਲ ਰਾਜਕਨਵੀਰ ਸਿੰਘ ਜੀ ਇਹ ਆ ਪੇ ਜਿਹੜੀ ਡਿਕਸੀ ਫਾਇਰ ਆ ਇਹਨੂੰ ਸਟਾਰਟ ਕਰਨ ਵਾਲਾ ਇੱਕ ਕਾਲਜ ਦਾ ਪ੍ਰੋਫੈਸਰ ਨਿਕਲਿਆ ਮਿਨੀਆਰਡ ਨਾਮ ਦਾ ਜਿਹੜਾ ਇਹ ਪ੍ਰੋਫੈਸਰ ਆ ਅ ਨਿਊਯਾਰਕ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਕ੍ਰਿਮਿਨੋਲੋਜੀ ਟੀਚ ਕਰਦਾ ਰਿਹਾ ਸਨੋਮਾ ਸਟੇਟ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਪ੍ਰੋਫੈਸਰ ਰਿਹਾ ਹੈਗਾ ਕਹਿੰਦੇ ਵੀ ਜਿੱਥੇ ਵੀ ਇਹ ਰੁਕਿਆ ਹੋਣ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਇਹਦੀ ਕਾਰ ਖਰਾਬ ਹੋ ਗਈ ਸੀ ਕਹਿੰਦੇ ਵੀ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ ਦੇ ਉੱਤੇ ਇਨ ਵੱਖ-ਵੱਖ ਜਗ੍ਹਾ ਤੇ ਅੱਗਾਂ ਲਾਈਆਂ ਤੇ ਇੱਕ ਜਗ੍ਹਾ ਤੇ ਤਾਂ ਕਹਿੰਦੇ ਇਸਨੇ ਇਹ ਵੀ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿੱਥੇ ਅੱਗ ਬੁਝਾਉਣ ਵਾਲੇ ਸੀ ਉਹੀ ਅੱਗ ਦੇ ਵਿੱਚ ਘਿਰ ਜਾਣ ਸੋ ਦੇਖੋ ਇਹ ਪੜੇ ਲਿਖੇ ਬੰਦੇ ਵੀ ਜਿਹੜੇ ਆ ਇਦਾਂ ਦਾ ਜਿਹੜਾ ਨਕਮਾ ਕੰਮ ਕਰ ਸਕਦੇ ਤੇ ਉਹ ਕ੍ਰਿਮਿਨੋਲੋਜੀ ਦਾ ਪ੍ਰੋਫੈਸਰ ਦਾ ਦੇਖੋ ਦੇਖ ਲੋ ਕੀ ਪਤਾ ਨਹੀਂ ਕੀ ਪੜਾਉਂਦੇ ਪੜਾਉਂਦੇ ਦਾ ਦਿਮਾਗ ਹੀ ਜਿਹੜਾ ਸਨਕ ਗਿਆ ਤੇ ਕੀ ਜਿਹੜਾ ਉਹ ਕਰ ਰਿਹਾ ਕਹਿੰਦੇ ਵੀ ਜਿੱਥੇ ਇਹ ਡਿਕਸੀ ਫਾਇਰ ਲੱਗੀ ਸੀ ਉਸ ਤੇ ਲਾਗੇ ਹੀ ਜਿਹੜਾ ਇਸਨੇ ਜਾਣਬੁੱਝ ਕੇ ਜਿਹੜੀ ਉਹ ਆਰਸਨ ਲਾਈ ਆ ਤੇ ਹੁਣ ਫੈਡਰਲ ਕੋਰਟ ਦੇ ਵਿੱਚ ਕਹਿੰਦੇ ਆ ਇਸ ਨੂੰ ਚਾਰਜ ਕੀਤਾ ਜਾ ਰਿਹਾ ਆ ਲੈਸਨ ਨੈਸ਼ਨਲ ਫੋਰੈਸਟ ਜਿਹੜੀ ਹੈਗੀ ਉਹ ਵੀ ਆਈ ਥਿੰਕ ਕੈਲੀਫੋਰਨੀਆ ਚ ਆ ਉੱਥੇ ਵੀ ਰੈਂਚ ਫਾਇਰ ਜਿਹੜੀ ਹੋਈ ਸੀ ਉਸ ਦੇ ਵਿੱਚ ਇਸ ਦਾ ਨਾਮ ਜਿਹੜਾ ਹੈ ਉਹ ਹੁਣ ਬੋਲਦਾ ਹੈ ਗੈਰੀ ਸਟੀਫਨ ਮੇਨارڈ ਨਾਂ ਦਾ ਇੱਕ ਸਾਬਕਾ ਜਿਹੜਾ ਕ੍ਰਿਮਿਨੋਲੋਜੀ ਦਾ ਪ੍ਰੋਫੈਸਰ ਆ ਇਸ ਨੂੰ ਜਿਹੜਾ ਆ ਉਹ ਹੁਣ ਆ ਫੜਿਆ ਜਿਹੜਾ ਹੋ ਗਿਆ ਦੱਸੋ ਕਿੱਡਾ ਮੂਰਖਤਾ ਭਰਪੂਰ ਜਿਹੜਾ ਨੇ ਕੰਮ ਕੀਤਾ ਹੈਗਾ ਆ ਜੀ ਸੋ ਬਿਲਕੁਲ ਤੇ ਅੱਜ ਉਹਦੀ ਹੀアリング ਸੀ ਤੇ ਉਹਨੂੰ ਜੱਜ ਨੇ ਜਿਹੜੀ ਆ ਬੇਲ ਦੇਣ ਤੋਂ ਵੀ ਨਾ ਕਰ ਦਿੱਤੀ ਕਹਿੰਦੇ ਵੀ ਨਹੀਂ ਇਦਾਂ ਦੇ ਬੰਦੇ ਨੂੰ ਬੇਲ ਨਹੀਂ ਦੇਣੀ ਚਾਹੀਦੀ ਬਿਲਕੁਲ ਸਹੀ ਗੱਲ ਬਾਹਰ ਜਾ ਕੇ ਫਿਰ ਹੋਰ ਅਕ ਲਾਊਗਾ ਇਹਦਾ ਕੀ ਪਰਸ ਆਇਆ ਅਗਲੀ ਗੱਲ ਕਰਦੇ ਜਾਈਏ ਕੋਵਿਡ ਨੂੰ ਲੈ ਕੇ ਵੈਕਸੀਨੇਸ਼ਨ ਮੰਡੇਟਸ ਦੇ ਵਿੱਚ ਹੁਣ ਸਟੈਨਫਰਡ ਯੂਨੀਵਰਸਿਟੀ ਆ ਉਹ ਵੀ ਅੱਗੇ ਆਈ ਆ ਉਹਨਾਂ ਨੇ ਕਿਹਾ ਆ ਵੀ ਵੀਕਲੀ ਕੋਵਿਡ ਟੈਸਟਿੰਗ ਜਿਹੜੀ ਆ ਉਹ ਤੁਹਾਡੀ ਹੋਵੇਗੀ ਇਰਸਪੈਕਟ ਤੁਸੀਂ ਜਿਹੜਾ ਵੈਕਸੀਨੇਸ਼ਨ ਲਗਵਾਈ ਆ ਜਾਂ ਨਹੀਂ ਲਗਵਾਈ ਯੂਨੀਵਰਸਿਟੀ ਨੇ ਇਹ ਜਿਹੜਾ ਹੁਣ ਨਵੀਂ ਰਿਕੁਆਇਰਮੈਂਟ ਕਹਿੰਦੇ ਆ ਉਹ ਲਾਗੂ ਕਰ ਦਿੱਤੀ ਆ ਡੈਲਟਾ ਵੇਰੀਐਂਟ ਦੇ ਜਿਹੜੇ ਆ ਉਹ ਵਧਣ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਨਿਊਯਾਰਕ ਸਟਾਕ ਐਕਸਚੇਂਜ ਆ ਉਹਨਾਂ ਨੇ ਵੀ ਇਹ ਕਹਿ ਦਿੱਤਾ ਵੀ ਜਿਹੜੀਆਂ ਕੋਵਿਡ ਦੀਆਂ ਵੈਕਸੀਨਸ ਆ ਉਹ ਤੁਹਾਨੂੰ ਲਗਵਾਉਣੀयां ਹੀ ਪੈਣਗੀਆਂ 13 ਸਤੰਬਰ ਤੱਕ ਜੇ ਤੁਸੀਂ ট্রেਡਿੰਗ ਫਲੋਰ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੈਗੇ ਆ ਸੋ ਯਾਦ ਹੋਣਾ ਹਰਜੋਤ ਸਿੰਘ ਜੀ ਕੋਵਿਡ ਦੀ ਸ਼ੁਰੂਆਤ ਦੇ ਵਿੱਚ ਇਸ ਨਿਊਯਾਰਕ ਸਟਾਕ ਐਕਸਚੇਂਜ ਨੂੰ ਵੀ ਕੁਝ ਛੇਅਰ ਦੇ ਲਈ ਜਿਹੜਾ ਆ ਉਹ ਲੋਕਾਂ ਤੋਂ ਬਗੈਰ ਹੀ ਜਿਹੜਾ ਉਹ ਰੱਖਿਆ ਗਿਆ ਸੀ ਬੰਦ ਜਿਹੜਾ ਉਦੋਂ ਉਹਨਾਂ ਨੂੰ ਕਰਨਾ ਪਿਆ ਸੀਗਾ ਉਹ ਹੁਣ 13 ਸਤੰਬਰ ਤੱਕ ਇੱਥੇ ਵੀ ਇਹਨਾਂ ਨੇ ਵੈਕਸੀਨ ਮੰਡੇਟ ਜਿਹੜਾ ਉਹ ਚਾਲੂ ਕਰ ਦਿੱਤਾ ਹੈ ਜੀ ਸੋ ਦੇਖੋ ਵੀ ਜਿਸ ਤਰ੍ਹਾਂ ਆਪਾਂ ਹੁਣ ਇੱਕ ਗੈਰੀ ਮੈਨਾਰਡ ਪ੍ਰੋਫੈਸਰ ਦੀ ਗੱਲ ਕਰ ਚੁੱਕੇ ਆਂ ਵੀ ਉਹ ਸਦਾਈ ਹੁੰਦੇ ਆ ਇਦਾਂ ਦੇ ਮੈਡੀਕਲ ਫੀਲਡ ਦੇ ਵਿੱਚ ਵੀ ਹੈਗੇ ਆ ਇੱਕ ਜਰਮਨ ਤੋਂ ਖਬਰ ਆ ਰਹੀ ਆ ਜਰਮਨ ਦੇ ਵਿੱਚ ਇੱਕ ਨਰਸ ਜਿਹੜੀ ਕੋਵਿਡ ਵੈਕਸੀਨ ਦੇ ਐਂਟੀ ਹੈਗੀ ਆ ਉਸ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਆਪਣੀਆਂ ਜਿਹੜੀਆਂ ਲਿਖ ਕੇ ਪਾਇਆ ਸੀ ਵੀ ਇਹ ਜਿਹੜਾ ਕੋਵਿਡ ਦਾ ਵੈਕਸੀਨ ਆ ਸਹੀ ਨਹੀਂ ਹੈਗਾ ਉਹ ਜਿੱਥੇ ਕੰਮ ਕਰਦੀ ਸੀ ਜਿਸ ਹਸਪੀਟਲ ਦੇ ਵਿੱਚ ਉਸ ਨੇ 8600 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਕੋਵਿਡ ਦੇ ਟੀਕੇ ਦੀ ਜਗ੍ਹਾ ਇੱਕ ਸੇਲਿਨ ਸੋਲੂਸ਼ਨ ਜਿਹੜਾ ਹੁੰਦਾ ਹੈ ਉਹੀ ਲਾ ਦਿੱਤਾ ਤੇ ਇਹ ਬਾਅਦ ਦੇ ਵਿੱਚ ਕਿਤੇ ਕਹਿੰਦੇ ਫੜੀ ਗਈ ਆ ਵੀ ਇਸ ਨੇ ਜਿਹੜੇ ਟੀਕੇ ਆ ਉਹ ਕੋਵਿਡ ਦਾ ਉਹਨਾਂ ਦੇ ਲਾਇਆ ਹੀ ਨਹੀਂ ਗਲਤ ਟੀਕਾ ਲਾਇਆ ਦੇਖ ਪਤਾ ਨਹੀਂ ਲੋਕ ਕੀ ਜਿਹੜਾ ਉਹ ਚੱਲ ਰਿਹਾ ਹੈਗਾ ਸੋ ਬਹੁਤ ਮਾੜੀ ਗੱਲ ਜਿਹੜੀ ਉਹ ਹੈਗੀ ਆ ਪੋਲੀਟੀਕਲ ਜਿਹੜੀ ਆ ਮੈਂਡੇਟ ਦੇ ਉਸ ਦੇ ਉੱਤੇ ਆਪਾਂ ਗੱਲ ਕਰਦੇ ਜਾਈਏ ਵੀ ਕੀ ਚੱਲ ਰਿਹਾ ਆ ਸੈਨੇਟ ਦੇ ਮੈਜੋਰਟੀ ਲੀਡਰ ਸ਼ੂਮਰ ਤੇ ਹਾਊਸ ਦੀ ਸਪੀਕਰ ਡੈਮੋਕ੍ਰੇਟ ਪਾਰਟੀ ਵੱਲੋਂ ਨੈਂਸੀ ਪਲੋਸੀ ਉਹਨਾਂ ਨੇ ਰਿਪਬਲਿਕਨਸ ਨੂੰ ਬਲਾਸਟ ਜਿਹੜਾ ਕਿਹਾ ਗੁੱਸਾ ਜਿਹੜਾ ਜ਼ਾਹਰ ਕੀਤਾ ਆ ਕਹਿੰਦੇ ਵੀ ਇਹ ਡੈਟ ਸੀਲਿੰਗ ਵਧਾਉਣ ਦੇ ਵਿੱਚ ਸਾਡਾ ਸਾਥ ਨਹੀਂ ਦੇ ਰਹੇ ਕਹਿੰਦੇ ਵੀ ਜਦੋਂ ਟਰੰਪ ਹੋਣਾ ਦਾ ਕਾਰਜਕਾਲ ਸੀਗਾ ਉਸ ਦੌਰਾਨ ਜਿਹੜੀ ਡੈਟ ਆ 7.8 ਟ੍ਰਿਲੀਅਨ ਡਾਲਰ ਜਿਹੜਾ ਉਹ ਵਧਿਆ ਤੇ ਰਿਪਬਲਿਕਨਸ ਨੂੰ ਅਚਾਨਕ 4 ਸਾਲ ਬਾਅਦ ਜਿਹੜੀ ਹੁਣ ਡੈਟ ਦੀ ਜਿਹੜੀ ਯਾਦ ਆ ਉਹ ਆ ਗਈ ਹੈਗੀ ਆ ਕਹਿੰਦੇ ਉਸ ਟਾਈਮ ਦੇ ਉੱਤੇ ਵੀ ਪ੍ਰਸ਼ਾਸਨ ਦਾ ਕੰਮ ਚਾਲੂ ਰੱਖਣ ਦੇ ਲਈ ਡੈਟ ਸੀਲਿੰਗ ਜਿਹੜੀ ਆ ਬਾਰ-ਬਾਰ ਵਧਾਈ ਗਈ ਸੀ ਪਰ ਹੁਣ ਸਿਰਫ ਤੇ ਸਿਰਫ ਡੈਮੋਕ੍ਰੇਟਸ ਨੂੰ ਰੋਕਣ ਦੇ ਲਈ ਬਾਈਡਨ ਦਾ ਏਜੰਡਾ ਰੋਕਣ ਦੇ ਲਈ ਕਹਿੰਦੇ ਆ ਵੀ ਇਹ ਡੈਟ ਸੀਲਿੰਗ ਨੂੰ ਵਧਾਉਣ ਤੋਂ ਇਨਕਾਰ ਜਿਹੜਾ ਉਹ ਕਰ ਰਹੇ ਆ ਕਹਿੰਦੇ ਵੀ ਸਾਨੂੰ ਯਕੀਨ ਨਹੀਂ ਆ ਰਿਹਾ ਰਿਪਬਲਿਕਨਸ ਜਿਹੜੇ ਆ ਜਾਣਬੁੱਝ ਕੇ ਮੁਲਕ ਨੂੰ ਡੀਫਾਲਟ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਸੋ ਇਹ ਜਿਹੜਾ ਇਸ ਟਾਈਮ ਦੇਖਿਆ ਜਾ ਰਿਹਾ ਪੋਲਿਟੀਕਲ ਕਹਿੰਦੇ ਆ ਵੀ ਇਸ ਟਾਈਮ ਟਾਕਸਿਸਿਟੀ ਆਪਸ ਦੇ ਵਿੱਚ ਇਹਨਾਂ ਦੇ ਜਿਹੜੇ ਸਿੰਘਾ ਫਸੇ ਰਹਿੰਦੇ ਆ ਪਰ ਇਸ ਚੀਜ਼ ਦੇ ਬਾਵਜੂਦ ਹੈਰਾਨੀ ਵਾਲੀ ਗੱਲ ਸਾਰਿਆਂ ਦੇ ਲਈ ਜਿਹੜੀ ਉਹ ਰਹੀ ਸੀ ਵੀ ਜਿਹੜਾ ਇਨਫਰਾਸਟ੍ਰਕਚਰ ਡੀਲ ਆ ਉਹ ਬਾਈਪਾਰਟਿਜ਼ਨ ਸਪੋਰਟ ਦੇ ਨਾਲ ਸੈਨੇਟ ਦੇ ਵਿੱਚ ਉਹ ਪਾਸ ਹੋਇਆ ਸੀਗਾ ਕਿ ਉਸ ਦੇ ਉੱਤੇ ਕੁਝ ਬਿਲਡ ਅਪ ਕਰ ਸਕਣਗੇ ਇਹ ਜਿਹੜਾ ਆ ਉਹ ਦੇਖਣਾ ਹੋਊਗਾ ਪਰ ਸੈਨੇਟ ਦੇ ਜਿਹੜੇ ਰਿਪਬਲਿਕਨ ਲੀਡਰ ਮਿਚ ਮਕੋਨਰਲ ਆ ਉਹਨੇ ਕਹਿੰਦੇ ਵੀ ਮੈਂ ਦੁਬਾਰਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਆ ਅਸੀਂ ਡੈਮੋਕ੍ਰੇਟਸ ਨੂੰ ਜਦਾ ਜਿੰਨੀ ਵੀ ਆਪਣੀ ਹੈਲਪ ਜਿਹੜੀ ਆ ਉਹ ਨਹੀਂ ਦਵਾਂਗੇ ਡੈਟ ਲਿਮਟ ਆ ਜਿਹੜੀ ਉਸ ਨੂੰ ਵਧਾਉਣ ਦੇ ਲਈ ਅਮਰੀਕਾ ਜਿਹੜਾ ਆ ਉਹ ਭਾਵੇਂ ਡਿਫਾਲਟ ਕਰ ਜਾਵੇ ਜੀ ਅਗਲੀ ਗੱਲ ਫ੍ਰਿਜਨੋ ਤੋਂ ਆ ਰਹੀ ਹੈ ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਵੀ ਫ੍ਰਿਜਨੋ ਦੇ ਮੇਅਰ ਜੈਰੀ ਡਾਇਰ ਜਿਹੜੇ ਆ ਉਹਨਾਂ ਨੇ ਵਰਚੁਅਲ ਮੀਟਿੰਗ ਜਿਹੜੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਕੀਤੀ ਆ ਇਸ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਫ੍ਰਿਜਨੋ ਜਿਹੜਾ ਆ ਮੇਰੇ ਦਿਮਾਗ ਦੇ ਵਿੱਚ ਹੈਗਾ ਆ ਸੋ ਫ੍ਰਿਜਨੋ ਮੇਅਰ ਨੇ ਵੀ ਇਹ ਕਿਹਾ ਆ ਕਿ ਸਾਨੂੰ ਜਿਹੜੀ ਆ ਕਲੀਨਰ ਟਰਾਂਸਪੋਰਟੇਸ਼ਨ ਦੇ ਉੱਤੇ ਤੇ ਇਸੇ ਤਰ੍ਹਾਂ ਜਿਹੜੀ 에ਅਰ ਪੋਲੂਸ਼ਨ ਉਸ ਨੂੰ ਕਿਸ ਤਰ੍ਹਾਂ ਰਿਡਿਊਸ ਕਰਨਾ ਫ੍ਰਿਜਨੋ ਦੇ ਵਿੱਚ ਉਹਦੇ ਵਿੱਚ ਉਹਦੀ ਹੈਲਪ ਦੇ ਲਈ ਜਿਹੜਾ 1 ਟ੍ਰਿਲੀਅਨ ਡਾਲਰ ਦਾ ਇਨਫਰਾਸਟ੍ਰਕਚਰ ਬਿੱਲ ਹੈਗਾ ਉਹਦੇ ਵਿੱਚੋਂ ਪੈਸੇ ਦਿੱਤੇ ਜਾਣ ਸੋ ਇਹ ਇੱਕ ਵਧੀਆ ਜਿਹੜਾ ਇਨੀਸ਼ੀਏਟਿਵ ਆ ਫ੍ਰਿਜਨੋ ਦੇ ਮੇਅਰ ਨੇ ਜਿਹੜਾ ਪ੍ਰੈਜ਼ੀਡੈਂਟ ਦੇ ਕੋਲ ਰੱਖਿਆ ਹੈਗਾ ਬਿਲਕੁਲ ਅੱਜ ਜਿਹੜੇ ਆ ਇਹ ਵਰਚੂਲੀ ਮਿਲੇ ਸੀਗੇ ਰਾਸ਼ਪਤੀ ਨੂੰ ਜਿਹੜੇ ਆਪਣੇ ਇਨਫਰਾਸਟ੍ਰਕਚਰ ਪਲਾਨ ਨੂੰ ਜਿਹੜਾ ਆ ਉਹ ਪੇਸ਼ ਕਰ ਰਹੇ ਸੀਗੇ ਵੀ ਕਿਦਾਂ ਕਿਦਾਂ ਕਿੱਥੇ ਕਿੱਥੇ ਖਰਚਾ ਜਿਹੜਾ ਉਹ ਕੀਤਾ ਜਾਣਾ ਆ ਸੋ ਕੁਝ ਲੋਕਾਂ ਦੇ ਵਿੱਚੋਂ ਪੂਰੇ ਮੁਲਕ ਦੇ ਵਿੱਚੋਂ ਜੈਰੀ ਡਾਇਰ ਦਾ ਨਾਮ ਵੀ ਜਿਹੜਾ ਉਹ ਚੁਣਿਆ ਗਿਆ ਸੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆ ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਵੈਕਸੀਨਸ ਦੇ ਰੇਟ ਆ ਕਹਿੰਦੇ ਵੀ ਬਹੁਤ ਜ਼ਿਆਦਾ ਘੱਟ ਹੈਗੇ ਕਹਿੰਦੇ ਵੀ ਇਹਨਾਂ ਸਾਰੇ ਇਲਾਕਿਆਂ ਦੇ ਵਿੱਚੋਂ ਜਿਹੜਾ ਰੂਰਲ ਪਿੰਡੂ ਇਲਾਕਾ ਹੈਗਾ ਆ ਉਸ ਦੇ ਵਿੱਚ ਸਭ ਤੋਂ ਘੱਟ ਵੈਕਸੀਨੇਸ਼ਨਸ ਦੇ ਰੇਟ ਦੇਖੇ ਜਾ ਰਹੇ ਹੈਗੇ ਆ ਆਰਕੰਸਾ ਦੇ ਵਿੱਚ ਕਹਿੰਦੇ ਪੂਰੇ ਦੇ ਵਿੱਚ ਸਿਰਫ 10 ਆਈਸੀਯੂ ਬੈਡਸ ਜਿਹੜੇ ਉਹ ਬਚੇ ਨੇ ਤੇ ਇਹਨਾਂ ਨੇ ਪਿਛਲੇ ਹਫਤੇ ਹੀ 60 50 ਤੋਂ 60000 ਜਿਹੜੀਆਂ ਵੈਕਸੀਨਸ ਆ ਉਹ ਐਕਸਪਾਇਰ ਹੋਣ ਕਰਕੇ ਨਾ ਵਰਤੇ ਜਾਣ ਕਰਕੇ ਜਿਹੜੀਆਂ ਉਹ ਸੁੱਟੀਆਂ ਸੀਗੀਆਂ ਸੋ ਉਹ ਲੋਕਾਂ ਨੂੰ ਇਹ ਬਾਰ-ਬਾਰ ਗੁਹਾਰ ਲਾ ਰਹੇ ਆ ਵੀ ਭਾਈ ਇਹ ਡੈਲਟਾ ਵੇਰੀਐਂਟ ਜਿਸ ਦੇ ਨਾਲ ਲੋਕ ਜ਼ਿਆਦਾ ਗੰਭੀਰ ਰੂਪ ਚ ਵਿੱਚ ਬਿਮਾਰ ਹੋ ਰਹੇ ਆ ਇਸ ਦੇ ਪ੍ਰਤੀ ਜਿਹੜਾ ਸਹਿਰਦਤਾ ਜਿਹੜੀ ਉਹ અપਨਾਓ ਉਧਰ ਅੱਜ ਡਾਕਟਰ ਫੌਚੀ ਨੇ ਜਿਹੜਾ ਉਹ ਕਿਹਾ ਹੈ ਵੀ ਜਿਹੜੇ ਬੱਚੇ ਆ ਇਸ ਟਾਈਮ ਚਿਲड्रन ਜਿਹੜੇ ਆ ਉਹ ਇਸ ਟਾਈਮ ਮੋਸਟ ਵਨਰੇਬਲ ਗਰੁੱਪ ਜਿਹੜਾ ਆ ਇਹ ਬਣ ਚੁੱਕੇ ਹੋਏ ਆ ਜਿਹ ਪਹਿਲੇ ਜਦੋਂ ਆਪਾਂ ਦੇਖਿਆ ਸੀਗਾ ਵੀ ਜਦੋਂ ਸ਼ੁਰੂਆਤ ਦੇ ਵਿੱਚ ਬਜ਼ੁਰਗਾਂ ਦੇ ਉੱਤੇ ਇਹ ਘਾਤਕ ਤਰੂਪ ਦੇ ਵਿੱਚ ਦੇਖੀ ਗਈ ਸੀ ਤੇ ਹੁਣ ਬੱਚਿਆਂ ਨੂੰ ਇਹ ਜ਼ਿਆਦਾ ਬਿਮਾਰ ਕਰ ਰਹੀ ਹੈ ਜੀ ਅਗਲੀ ਖਬਰ ਸੈਕਰਮੈਂਟੋ ਤੋਂ ਆ ਰਹੀ ਹੈ ਜਿੱਥੇ ਕਿ ਸੈਕਰਮੈਂਟੋ ਪੁਲਿਸ ਦੇ ਚੀਫ ਡੈਨੀਅਲ ਹੈਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਆਪਣਾ ਅਸਤੀਫਾ ਦੇਣ ਜਾ ਰਹੇ ਆ ਸੋ ਰਿਟਾਇਰ ਹੋਣ ਜਾ ਰਹੇ ਆ ਸੋ ਇਸ ਸਾਲ ਦੇ ਐਂਡ 2021 ਸੰਧ ਦੇ ਐਂਡ ਤੱਕ ਜਿਹੜਾ ਆ ਉਹ ਆਪਣਾ ਅਸਤੀਫਾ ਦੇ ਦੇਣਗੇ ਇਹ ਉਹਨਾਂ ਨੇ ਜਿਹੜੇ ਸਿਟੀ ਮੈਨੇਜਰ ਹਾਰਵਰਡ ਚੈਨ ਆ ਉਹਨਾਂ ਨੂੰ ਲਿਖ ਕੇ ਭੇਜਿਆ ਹੈਗਾ ਜੀ ਅ ਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈਗਾ ਜਾਣ ਤੋਂ ਪਹਿਲਾਂ ਆਪਾਂ ਜੇ ਸਟਾਕ ਮਾਰਕੀਟ ਦੇ ਉੱਤੇ ਝਾਤ ਮਾਰਦੇ ਜਾਈਏ ਤਾਂ ਡਾਉ ਜੋਨਸ ਦੇ ਵਿੱਚ ਅੱਜ 220 ਪੁਆਇੰਟਾਂ ਦਾ ਜਿਹੜਾ ਵਾਧਾ ਦਰਜ ਕੀਤਾ ਗਿਆ 35485 ਦੇ ਉੱਤੇ ਬੰਦ ਹੋਈ ਨੈਸਟੈਕ ਦੇ ਵਿੱਚ 23 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ 14765 ਦੇ ਉੱਤੇ ਬੰਦ ਹੋਈ ਐਸ ਐਨ ਪੀ ਦੇ ਵਿੱਚ 11 ਪੁਆਇੰਟ ਵਧੇ 4400 48 ਦੇ ਉੱਤੇ ਇਹ ਬੰਦ ਹੋਈ ਤੇ 10 ਇਅਰ ਯੀਲਡ 1.34% ਦੇ ਉੱਤੇ ਰਹੀ ਸੋਨੇ ਦਾ ਭਾ 1753 ਡਾਲਰ ਪ੍ਰਤੀ ਆਉਂਸ ਤੇ ਬਿਟਕੋਇਨ ਦੀ ਕੀਮਤ 45705 ਦੇ ਉੱਤੇ ਰਹੀ। ਇਸੇ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 10 ਪੈਸੇ ਦੇ ਬਰਾਬਰ ਰਹੀ ਆ। ਜੀ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਆ ਖੁਸਮਾਪਤਾ। ਮਿਲਾਂਗੇ ਅਗਲੀ ਵਾਰ ਤੱਕ ਲਈ ਇਜਾਜ਼ਤ ਦਿਓ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ। ਸਨ ਅਨੁਸਾਰ ਨੇ ਪਿਆਰ ਪਰੀ ਨਗੀ ਸਤ ਸ੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ ਯੂਐਸ